ਨਮਸਕਾਰ ਖਬਰਾਂ ਦੇ ਸੁਲਟਿਨ ਚ ਤੁਹਾਡਾ ਸਵਾਗਤ ਹੈ ਮੈਂ ਹਾਂ ਕੁਸਨ ਸੋਨੀਆ ਸਭ ਤੋਂ ਪਹਿਲਾ ਚੁਣਵੀਆਂ ਖਬਰਾਂ ਭਾਰਤੀ ਹਵਾਈ ਫੌਜ ਦੇ 90ਵੇਂ ਸਥਾਪਨਾ ਦਿਵਸ ਮੌਕੇ ਜਾਂਬਾਜ਼ ਹਵਾਈ ਯੋਧਿਆਂ ਨੇ ਚੰਡੀਗੜ੍ਹ ਦੀ ਸੁਖਨਾ ਝੀਲ ਤੇ ਹਵਾਈ ਕਰਤੱਬ ਦਿਖਾਏ ਕੇਂਦਰ ਸਰਕਾਰ ਵੱਲੋਂ ਹਵਾਈ ਫੌਜ ਵਿੱਚ ਅਧਿਕਾਰੀਆਂ ਲਈ ਹਥਿਆਰ ਪ੍ਰਣਾਲੀ ਬ੍ਰਾਂਚ ਦੀ ਸਥਾਪਨਾ ਨੂੰ ਮਨਜ਼ੂਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 3 ਦਿਨਾਂ ਗੁਜਰਾਤ ਦੌਰਾ ਕੱਲ ਤੋਂ ਪੰਜਾਬ ਸਰਕਾਰ ਨੇ ਸ਼ਹਿਰੀ ਵਿਕਾਸ ਅਥਾਰਟੀਆਂ ਨੂੰ ਰੈਗੂਲੇਟਰੀ ਪ੍ਰਵਾਨਗੀਆਂ ਸੰਬੰਧੀ ਅਹਿਮ ਸ਼ਕਤੀਆਂ ਸੌਂਪੀਆਂ ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡੀਊਲ ਦਾ ਪਰਦਾਫਾਸ਼ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਸੰਬੰਧੀ ਅੱਜ ਪੰਜਾਬ ਭਰ ਚ ਸ਼ੋਭਾ ਯਾਤਰਾਵਾਂ ਦਾ ਆਯੋਜਨ ਅਤੇ ਮਹਿਲਾ ਕ੍ਰਿਕਟ T20 ਏਸ਼ੀਆ ਕੱਪ ਵਿੱਚ ਭਾਰਤ ਨੇ ਮੇਜ਼ਬਾਨ ਬੰਗਲਾਦੇਸ਼ ਨੂੰ 59 ਦੌੜਾਂ ਦੇ ਫਰਕ ਨਾਲ ਹਰਾਇਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਹਵਾਈ ਫੌਜ ਵੱਲੋਂ ਅੱਜ ਆਪਣਾ 90ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤੀ ਹਵਾਈ ਫੌਜ ਦੀ ਸਥਾਪਨਾ 8 ਅਕਤੂਬਰ 1932 ਨੂੰ ਹੋਈ ਸੀ। ਇਸ ਮੌਕੇ ਤੇ ਚੰਡੀਗੜ੍ਹ ਵਿੱਚ ਸੁਖਨਾ ਝੀਲ ਨੇੜੇ ਹਵਾਈ ਫੌਜ ਦੀ ਫਲਾਈਪਾਸ ਦਾ ਆਯੋਜਨ ਕੀਤਾ ਗਿਆ। ਰਾਸ਼ਟਰਪਤੀ ਦ੍ਰੋਪਦੀ ਮੋਰਮੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਹਰਿਆਣਾ ਦੇ ਰਾਜਪਾਲ ਬੰਡਾਰੂ ਦਤਤਰੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਤਿੰਨੋਂ ਸੈਨਾਵਾਂ ਦੇ ਮੁਖੀ ਵੀ ਇਸ ਮੌਕੇ ਤੇ ਹਾਜ਼ਰ ਸਨ ਫਲਾਈਪਾਸਟ ਵਿੱਚ 80 ਤੋਂ ਵੱਧ ਜਹਾਜ਼ ਸ਼ਾਮਲ ਹੋਏ ਤੇਜਸ ਸੁਖੋਈ ਐਮ ਆਈ ਜੀ 29 ਜੈਗੂਆਰ ਰਾਫੇਲ ਅਤੇ ਹਾਕ ਵੱਲੋਂ ਵੀ ਫਲਾਈਪਾਸ ਦੌਰਾਨ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਸੂਰਿਆ ਕਿਰਨ ਅਤੇ ਸਾਰੰਗ ਦੀ ਟੀਮ ਦੇ ਕਰਤੱਬ ਖਿੱਚਦਾ ਕੇਂਦਰ ਬਣੇ ਰਹੇ। ਇਸ ਤੋਂ ਪਹਿਲਾਂ ਅੱਜ ਸਵੇਰੇ ਚੰਡੀਗੜ੍ਹ ਸਥਿਤ 에어ਫੋਰਸ ਸਟੇਸ਼ਨ ਤੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਹਵਾਈ ਸੈਨਿਕਾਂ ਨੇ ਵੱਖ-ਵੱਖ ਫਾਰਮੇਸ਼ਨਾਂ ਨਾਲ ਡ੍ਰਿਲ ਦੇ ਨਾਲ ਹੀ ਕਈ ਹੈਰਾਨ ਕਰਨ ਵਾਲੇ ਕਰਤੱਬ ਦਿਖਾਏ। ਇਸ ਮੌਕੇ ਤੇ ਹਵਾਈ ਫੌਜ ਮੁਖੀ 에ਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਪਰੇਡ ਦਾ ਨਿਰੀਖਣ ਕੀਤਾ। ਆਪਣੇ ਸੰਬੋਧਨ ਵਿੱਚ 에ਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਕਿਹਾ

in the form of hybrid warfare the use of non kinetic and non lethal warfare to supplement kinetic means has changed the way wars will be prosecuted therefore conventional systems and weapons will need to be augmented by modern flexible and adaptive technology hawai fauj mukhe ne kaha ki agnipath yojana rahi hawai yoddha ma nu bharti hawai fauj vich shamil karna sade saaryan layi ek chunauti hai Induction of air warriors into the Indian Air Force through the Agnipath scheme is a challenge for all of us, but more importantly, it is an opportunity for us to harness the potential of India's youth and channelize it towards the service of the nation. We have changed our operational training methodology to ensure that each Agniveer is equipped with the right skills and knowledge to start the career in the air force in december this year we would be inducting 3000 agnivir vayu for their initial training this number will only go up in the years to come to ensure adequate staffing we are also planning on induction of women agnivirs starting next year creation of infrastructure is in progress and streamlining of trade structures is being finalized ਕੇਂਦਰ ਸਰਕਾਰ ਨੇ ਹਵਾਈ ਸੈਨਾ ਦਿਵਸ ਮੌਕੇ ਭਾਰਤੀ ਹਵਾਈ ਫੌਜ ਵਿੱਚ ਅਧਿਕਾਰੀਆਂ ਲਈ ਹਥਿਆਰ ਪ੍ਰਣਾਲੀ ਬ੍ਰਾਂਚ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਭਾਰਤੀ ਹਵਾਈ ਫੌਜ ਮੁਖੀ ਚੀਫ ਮਾਰਸ਼ਲ ਵੀ ਆਰ ਚੌਧਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਨਵੀਂ ਹਥਿਆਰ ਪ੍ਰਣਾਲੀ ਸ਼ਾਖਾ ਬਣਾਈ ਜਾ ਰਹੀ ਹੈ ਇਸ ਸ਼ਾਖਾ ਦੇ ਬਣਨ ਨਾਲ ਉਡਾਣ ਸਿਖਲਾਈ ਤੇ ਘੱਟ ਖਰਚ ਕਾਰਨ 3400 ਕਰੋੜ ਰੁਪਏ ਤੋਂ ਵੱਧ ਦੀ ਬਚਤ ਹੋਵੇਗੀ ਇਸ ਨਾਲ ਭਾਰਤੀ ਹਵਾਈ ਸੈਨਾ ਦੀ ਮਾਰਕ ਸਮਰੱਥਾ ਵਿੱਚ ਵਾਧਾ ਹੋਵੇਗਾ ਇਹ ਪ੍ਰਣਾਲੀ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਰਿਮੋਟ ਪਾਇਲਟ ਸੈਂਟਰਲ ਕੰਟਰੋਲਡ ਪਾਇਲਟ ਰਹਿਤ ਜਹਾਜ਼ ਅਤੇ ਦੋ ਪਾਇਲਟਾਂ ਵਾਲੇ ਜਹਾਜ਼ ਵਿੱਚ ਹਥਿਆਰ ਪ੍ਰਣਾਲੀ ਦੇ ਸੰਚਾਲਨ ਦੀਆਂ ਚਾਰ ਵੱਖ-ਵੱਖ ਸ਼ਾਖਾਵਾਂ ਨਾਲ ਸੰਬੰਧਿਤ ਹੈ। ਉਥੇ ਭਾਰਤੀ ਹਵਾਈ ਫੌਜ ਨੇ ਅੱਜ ਆਪਣੀ 90ਵੀਂ ਬਰੇਗੰਡ ਤੇ ਹਵਾਈ ਫੌਜ ਦੇ ਯੋਧਾਾਂਵਾਂ ਲਈ ਨਵੀਂ ਲੜਾਕੂ ਵਰਦੀ ਵੀ ਜਾਰੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਫਾਇ ਦਿਵਸ ਤੇ ਵਧਾਈ ਦਿੱਤੀ ਹੈ। ਉਹਨਾਂ ਨੇ ਆਪਣੇ ਟਵੀਟ ਸੁਨੇਹੇ ਵਿੱਚ ਕਿਹਾ ਕਿ ਵੀਰ ਹਵਾਈ ਯੋਧਾਾਂਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਮੇਰੀ ਵਧਾਈ। ਉਹਨਾਂ ਕਿਹਾ ਕਿ ਭਾਰਤੀ ਹਵਾਈ ਫੌਜ ਨੇ ਦਹਾਕੀਆਂ ਤੋਂ ਅਸਾਧਾਰਨ ਕੁਸ਼ਲਤਾ ਦਾ ਪ੍ਰਦਰਸ਼ਨ ਕੀਤਾ ਹੈ। ਭਾਰਤੀ ਹਵਾਈ ਫੌਜ ਨੇ ਦੇਸ਼ ਦੀ ਰਾਖੀ ਦੇ ਨਾਲ ਹੀ ਵਕਫਾ ਖਫਤਾ ਦੌਰਾਨ ਮਹੱਤਵਪੂਰਨ ਮਨੁੱਖੀ ਕਦਰਾਂ-ਕੀਮਤਾਂ ਦਾ ਪ੍ਰਦਰਸ਼ਨ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਹਵਾਈ ਫੌਜ ਦਿਵਸ ਤੇ ਸਾਰੇ ਦਲੇਰ ਹਵਾਈ ਯੋਧਿਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਟਵੀਟ ਸੁਨੇਹੇ ਵਿੱਚ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਨੂੰ ਉਸਦੀ ਬਹਾਦਰੀ ਉੱਤਮਤਾ ਸ਼ਲਾਘਾਯੋਗ ਪ੍ਰਦਰਸ਼ਨ ਅਤੇ ਪੇਸ਼ੇਵਰ ਵਤੀਰੇ ਲਈ ਜਾਣਿਆ ਜਾਂਦਾ ਹੈ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਹਵਾਈ ਸੈਨਾ ਦਿਵਸ ਮੌਕੇ ਹਵਾਈ ਯੋਧਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਰਤੀ ਹਵਾਈ ਸੈਨਾ ਸਾਡੇ ਰਾਸ਼ਟਰ ਦੇ ਸੁਰੱਖਿਆ ਢਾਂਚੇ ਦੀ ਇੱਕ ਆਧੁਨਿਕ ਉੱਚ ਸਿਖਲਾਈ ਪ੍ਰਾਪਤ ਅਤੇ ਬੇਮਿਸਾਲ ਕਮਾਨ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਤੋਂ 3 ਦਿਨ ਦੇ ਗੁਜਰਾਤ ਦੌਰੇ ਤੇ ਰਹਿਣਗੇ ਇਸ ਦੌਰਾਨ ਉਹ 14.5 ਹਜ਼ਾਰ ਕਰੋੜ ਰੁਪਏ ਤੋਂ ਵੱਧ ਲਾਗਤ ਵਾਲੇ ਪ੍ਰੋਜੈਕਟ ਰષ્ટ્ર ਨੂੰ ਸਮਰਪਿਤ ਕਰਨਗੇ ਅਤੇ ਨੀ ਪੱਥਰ ਰੱਖਣਗੇ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮਹਿਸਾਨਾ ਭਰੂਚ ਜਾਮਨਗਰ ਅਤੇ ਅਹਮਦਾਬਾਦ ਦਾ ਦੌਰਾ ਕਰਨਗੇ ਆਪਣੇ ਦੌਰੇ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਮੋਦੀ ਉੱਤਰੀ ਗੁਜਰਾਤ ਦੇ ਮਹਿਸਾਨਾ ਵਿੱਚ 2890 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀ ਪੱਥਰ ਰੱਖਣਗੇ ਇਹਨਾਂ ਪ੍ਰੋਜੈਕਟਾਂ ਵਿੱਚ 511 ਕਰੋੜ ਰੁਪਏ ਦੀ ਲਾਗਤ ਨਾਲ ਸਾਬਰਮਤੀ ਜਗੁਦਨ ਗੇਜ ਤਬੀ ਦਿੱਲੀ ਪ੍ਰੋਜੈਕਟ ਦੀ ਸ਼ੁਰੂਆਤ ਅਤੇ ONGC ਨੰਦਾਸਨ ਸਰਫੇਸ ਫੈਸਿਲਿਟੀ ਦਾ ਉਦਘਾਟਨ ਸ਼ਾਮਲ ਹੈ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਢੇਰਾ ਨੂੰ ਦੇਸ਼ ਦਾ ਪਹਿਲਾ 24 ਘੰਟੇ ਸੱਤੋ ਦਿਨ ਸੂਰਜੀ ਊਰਜਾ ਨਾਲ ਚੱਲਣ ਵਾਲਾ ਪਿੰਡ ਘੋਸ਼ਿਤ ਕਰਨਗੇ ਇਹ ਅਭਿਲਾਸ਼ੀ ਪ੍ਰੋਜੈਕਟ 30 ਕਰੋੜ ਰੁਪਏ ਦੀ ਲਾਗਤ ਨਾਲ ਪਾਰਤ ਸਰਕਾਰ ਅਤੇ ਗੁਜਰਾਤ ਸਰਕਾਰ ਦਾ ਸਾਂਝਾ ਉਦਮ ਹੈ ਇਸ ਪ੍ਰੋਗਰਾਮ ਤਹਿਤ ਪ੍ਰਸਿੱਧ ਪਿੰਡ ਮੋਢੇਰਾ ਵਿਖੇ 1300 ਤੋਂ ਵੱਧ ਪਿੰਡੂ ਘਰਾਂ ਵਿੱਚ ਸੋਲਰ ਰੂਫਟਾਪ ਸਥਾਪਿਤ ਕੀਤੇ ਗਏ ਨੇ ਜਿਸ ਨਾਲ ਬਿਜਲੀ ਦੇ ਬਿੱਲਾਂ ਵਿੱਚ 60 ਤੋਂ 100 ਫੀਸਦੀ ਤੱਕ ਦੀ ਕਮੀ ਆਈ ਹੈ ਪ੍ਰਧਾਨ ਮੰਤਰੀ ਮੋਦੇਸ਼ਵਰੀ ਦੇਵੀ ਮੰਦਿਰ ਅਤੇ ਵਿਸ਼ਵ ਪ੍ਰਸਿੱਧ ਮੋਢੇਰਾ ਸੂਰਜ ਮੰਦਿਰ ਦਾ ਵੀ ਦੌਰਾ ਕਰਨਗੇ ਜਿੱਥੇ ਉਹ ਸੋਲਰ ਪਾਵਰ ਆਧਾਰਿਤ 3D ਪ੍ਰੋਜੈਕਸ਼ਨ ਅਤੇ ਹੈਰੀਟੇਜ ਲਾਈਟ ਅਤੇ ਸਾਊਂਡ ਸ਼ੋ ਦਾ ਉਤਕਾਟਨ ਕਰਨਗੇ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਆਪਣੀ ਜਨਤਾ ਨੂੰ ਬਾਲਣ ਮੁਹੱਈਆ ਕਰਾਉਣਾ ਭਾਰਤ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ। ਵਾਸ਼ਿੰਗਟਨ ਡੇਜ਼ ਦੇ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਜਿੱਥੋਂ ਤੇਲ ਮਿਲੇਗਾ ਉਹ ਉੱਥੋਂ ਖਰੀਦਣਾ ਜਾਰੀ ਰੱਖੇਗਾ। ਇੰਡੀਆ ਵਿਲ ਬਾਈ ਔਇਲ From wherever it has to, for the simple reason that this kind of a discussion cannot be taken to the consuming population of India. I mean, just imagine what has happened, the kind of dislocation and chaos you have in some countries. I don't want to list any, but let's say in India's vicinity, where for the love of money, uh, there is no energy. And we have ourselves, in one particular case, extended. um uh, assistance up to 4 billion dollars and a lot of that is in energy so we have a moral duty to supply to our state ਪੰਜਾਬ ਸਰਕਾਰ ਵੱਲੋਂ ਜ਼ਮੀਨ ਦੀ ਵਰਤੋਂ ਦੀ ਤਬਦੀਲੀ ਯਾਨੀ CLU ਸੰਬੰਧੀ ਸਰਟੀਫਿਕੇਟ ਮੁਕੰਮਲਤਾ ਸਰਟੀਫਿਕੇਟ ਲੇਆਉਟ ਅਤੇ ਬਿਲਡਿੰਗ ਪਲਾਨ ਸੰਬੰਧੀ ਕੇਸਾਂ ਦੀ ਜਲਦੀ ਨਿਪਟਾਰੇ ਲਈ ਰੈਗੂਲੇਟਰੀ ਪ੍ਰਵਾਨਗੀ ਦੇਣ ਸੰਬੰਧੀ ਪ੍ਰਕਿਰਿਆ ਨੂੰ ਹੋਰ ਆਸਾਨ ਬਣਾ ਦਿੱਤਾ ਗਿਆ ਹੈ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਰੈਗੂਲੇਟਰੀ ਪਰਵਾਨਗੀਆਂ ਦਾ ਵਿਕੇਂਦਰੀਕਰਨ ਕਰਦੇ ਆ ਆਪਣੇ ਅਧੀਨ ਸ਼ਹਿਰੀ ਵਿਕਾਸ ਅਥਾਰਟੀਆਂ ਨੂੰ ਵਧੇਰੇ ਸ਼ਕਤੀਆਂ ਦਿੱਤੀਆਂ ਗਈਆਂ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ अरोड़ा ਨੇ ਦੱਸਿਆ ਕਿ ਇਹ ਫੈਸਲਾ ਨਿਰਧਾਰਿਤ ਸਮਾਂ ਸੀਮਾ ਅੰਦਰ ਕੇਸਾਂ ਦੇ ਨਿਪਟਾਰੇ ਲਈ ਬੇहद ਅਹਿਮ ਸਿੱਧ ਹੋਵੇਗਾ ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਮੁਹਾਲੀ ਲੁਧਿਆਣਾ ਜਲੰਧਰ ਅੰਮ੍ਰਿਤਸਰ ਪਟਿਆਲਾ ਅਤੇ ਬਠਿੰਡਾ ਦੀਆਂ ਸ਼ਹਿਰੀ ਵਿਕਾਸ ਅਥਾਰਟੀਆਂ ਆਪਣੇ ਪੱਧਰ ਤੇ ਰੈਗੂਲੇਟਰੀ ਪ੍ਰਵਾਨਗੀਆਂ ਦੇਣ ਦੇ ਸਮਰੱਥ ਹੋ ਜਾਣਗੀਆਂ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼wini ਸ਼ਰਮਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਰਾਜ ਵਿੱਚ ਨਸ਼ਿਆਂ ਦੇ ਖਾਤਮੇ ਦੇ ਮੁੱਦੇ ਤੇ ਬੁਰੀ ਤਰ੍ਹਾਂ ਅਸਫਲ ਰਹੀ ਹੈ। ਫਤਿਹਗੜ੍ਹ ਸਾਹਿਬ ਵਿਖੇ ਭਾਜਪਾ ਦੀ ਜ਼ਿਲ੍ਹਾਕਾਰਜਕਾਰੀ ਵੱਲੋਂ ਕਰਵਾਏ ਗਏ ਇੱਕ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਰਾਜ ਵਿੱਚ ਨਸ਼ਿਆਂ ਦੀ ਅਲਮਤ ਵਿੱਚ ਵਾਧਾ ਰੋਜ਼ਾਨਾ ਦੀਆਂ ਲੁੱਟਾਂ ਖੋਹਾਂ ਅਤੇ ਕਤਲੋਗਾਰਤ ਦੀਆਂ ਘਟਨਾਵਾਂ ਰਾਜ ਦੀ ਅਮਨ ਸ਼ਾਂਤੀ ਦੇ ਹਾਲਾਤ ਵਿੱਚ ਨਿਗਾਰੇ ਲਿਆ ਰਹੇ ਨੇ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਪੰਜਾਬ ਦਾ ਪੈਸਾ ਹਿਮਾਚਲ ਅਤੇ ਗੁਜਰਾਤ ਵਿੱਚ ਆਪਣੀ ਪਾਰਟੀ ਦੀ ਦਿਖ ਵਧਾਉਣ ਲਈ ਵੱਡੇ ਪੱਧਰ ਤੇ ਇਸ਼ਤਿਹਾਰਬਾਜ਼ੀ ਰਾਹੀਂ ਲੁਟਾਇਆ ਜਾ ਰਿਹਾ ਹੈ। ਇਹ ਜਿਹੜੀ ਸਰਕਾਰ ਜਨੇ ਕਿਹਾ ਸੀ ਕਿ ਅਸੀਂ ਨਸ਼ਾ ਸਮਾਪਤ ਕਰਾਂਗੇ ਇਹ ਇੱਧਰ ਪੰਜਾਬ ਦੇ ਮਸਲਿਆਂ 'ਤੇ ਧਿਆਨ ਲਗਾਉਣ ਦੀ ਜਗ੍ਹਾ ਇਹ ਟੂਰਿਜ਼ਮ 'ਤੇ ਲੱਗੀ ਹੈ। ਔਰ ਪੰਜਾਬ ਦੇ ਪੈਸੇ ਦਾ ਦੁਰਪਯੋਗ ਵੀ ਹਿਮਾਚਲ ਔਰ ਗੁਜਰਾਤ ਦੇ ਪੈਸੇ ਚੋਣ ਜਿੰਦਰੇ ਕਰ ਰਹੀ ਹੈ ਇਹਨੂੰ ਵਾਪਸ ਆਣਾ ਚਾਹੀਦਾ ਪੰਜਾਬ ਦੇ ਦੇ ਲੋਕਾਂ ਨੇ ਬੂਟਾ ਪਾਈਆ ਕਾਨੂੰਨ ਵਿਵਸਥਾ ਪੰਜਾਬੀ ਹੋਵੇ ਧਿਆਨ ਦੇਵੇ ਇਸ ਮੌਕੇ ਤੇ ਕਾਰਜਕਾਰਨੀ ਵੱਲੋਂ ਅਸ਼ਵਨੀ ਸ਼ਰਮਨ ਦਾ ਸਨਮਾਨ ਕੀਤਾ ਗਿਆ ਉਹਨਾਂ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਪਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਕੇਂਦਰੀ ਪੱਧਰ ਤੇ ਉਹਨਾਂ ਦੇ ਸੰਭਾਵੀ ਹੱਲ ਦਾ ਵਿਸ਼ਵਾਸ ਵੀ ਦਿਵਾਇਆ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਸਰਹੱਦ ਪਾਰ ਤੋਂ ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡੀਊਲ ਦਾ ਪਰਦਾਫਾਸ਼ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਵੱਡੀ ਮਾਤਰਾ 'ਚ ਹਥਿਆਰ ਵੀ ਬਰਾਮਦ ਕੀਤੇ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਟਵੀਟ 'ਚ ਇਹ ਜਾਣਕਾਰੀ ਦਿੰਦਿਆਂ ਕਿ ਹਾਏ ਕਿ ਅੱਤਵਾਦ ਵਿਰੋਧੀ ਆਪਰੇਸ਼ਨ 'ਚ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਪਾਕਿਸਤਾਨ ਦੀ ਆਈਐਸਆਈ ਵੱਲੋਂ ਪੰਜਾਬ 'ਚ ਅਸ਼ਾਂਤੀ ਪੈਦਾ ਕਰਨ ਦੇ ਮਨਸੂਬਿਆਂ ਨੂੰ ناکਾਮ ਕਰਦਿਆਂ ਚਾਰ ਵਿਅਕਤੀਆਂ ਨੂੰ ਆਧੁਨਿਕ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਹੈ ਤੇ ਨਾਲ ਹੀ ਪੰਜਾਬ ਨੂੰ ਸੁਰੱਖਿਅਤ ਬਣਾਉਣ ਦੇ ਯਤਨਾਂ ਤਹਿਤ ਡਰੋਨ ਨੈਟਵਰਕ ਰਾਹੀਂ ਕੀਤੀ ਜਾ ਰਹੀ ਤਸਕਰੀ ਨੂੰ ਵੱਡਾ ਝਟਕਾ ਦਿੱਤਾ ਹੈ ਭਗਵਾਨ ਵਾਲਮੀਕ ਜਿੱਦੇ ਪ੍ਰਗਟ ਦਿਵਸ ਸੰਬੰਧੀ ਅੱਜ ਪੰਜਾਬ ਭਾਰ ਵਿੱਚ ਸ਼ੋਭਾ ਯਾਤਰਾਵਾਂ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਲੰਧਰ ਦੇ ਕੰਪਨੀ ਬਾਗ ਚੌਂਕ ਤੋਂ ਸ਼ੁਰੂ ਹੋ ਕੇ ਜਲੰਧਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਗੁਜ਼ਰਦਿਆਂ ਇਸ ਸ਼ੋਭਾ ਯਾਤਰਾ ਦਾ ਸ਼ਹਿਰ ਦੇ ਦੁਕਾਨਦਾਰਾਂ ਤੇ ਵਪਾਰੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਜ਼ਿਲ੍ਹੇ ਪਾਰਤੋਸ਼ਰਦ ਅਲੂਪਗੋਨ ਵਾਲਮੀਕ ਜਿੱਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਇਸ ਵਿੱਚ ਸ਼ਾਮਲ ਹੋਏ। ਜਾਪੀਨ ਜੈ ਭਾਰਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਲੱਕੀ ਸੰਧੂ ਦੀ ਅਗਵਾਈ ਵਿੱਚ ਲਗਾਈ ਗਈ ਸਟੇਜ ਤੇ ਰਾਜਨੀਤਿਕ ਸਮਾਜਿਕ ਸੰਗਠਨਾ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਸ਼ੋਭਾ ਯਾਤਰਾ ਵਿੱਚ ਭਗਵਾਨ ਵਾਲਮੀਕ ਜੀ ਦੇ ਜੀਵਨ ਨਾਲ ਸੰਬੰਧਿਤ ਵਖ ਵਖ ਝਾਕੀਆਂ ਦਾ ਪ੍ਰਦਰਸ਼ਨ ਕੀਤਾ ਗਿਆ ਸ਼ੋਭਾ ਯਾਤਰਾ ਦੇ ਮਾਰਗ ਵਿੱਚ ਵਕਫਾ ਸੰਸਥਾਵਾਂ ਵੱਲੋਂ ਲੰਗਰ ਲਗਾਏ ਗਏ ਹੁਸ਼ਿਆਰਪੁਰ ਚ ਬੀਐਸਐਫ ਦੇ ਸਹਾਇਕ ਸਿਖਲਾਈ ਕੇਂਦਰ ਖੜਕਾਂ ਵਿਖੇ ਬੈਚ ਨੰਬਰ 58 ਦੇ ਰੰਗਰੂਟਾਂ ਦੀ ਪਾਸਿੰਗ ਆਊਟ ਪਰੇਡ ਹੋਈ ਇਸ ਦੌਰਾਨ ਸੀਮਾ ਸੁਰੱਖਿਆ ਬਲ ਦੇ ਵਧੀਕ ਡਾਇਰੈਕਟਰ ਜਨਰਲ ਪੀ ਵੀ ਰਾਮਾ ਸ਼ਾਸਤਰੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਪਰੇਡ ਚ 90 ਰੰਗਰੂਟਾਂ ਨੇ ਹਿੱਸਾ ਲਿਆ ਮੁੱਖ ਮਹਿਮਾਨ ਨੇ ਪਰੇਡ ਦਾ ਨਿਰੇਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ ਇਸ ਦੌਰਾਨ ਪੀਐਸਐਫ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਕਾਂਸਟੇਬਲਾਂ ਨੂੰ ਸੰਵਿਧਾਨ ਪ੍ਰਤੀ ਵਫਾਦਾਰੀ ਅਤੇ ਇਮਾਨਦਾਰੀ ਨਾਲ ਡਿਊਟੀ ਕਰਨ ਦੀ ਸੋਚ ਚੁਕਾਈ ਗਈ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪੱਛਮੀ ਸਰਹੱਦ ਤੇ ਡਰੋਨ ਰਾਹੀਂ ਸਮਗਲਿੰਗ ਦੀਆਂ ਕੋਸ਼ਿਸ਼ਾਂ ਨਾਲ ਨਜਿੱਠਣ ਲਈ ਬੀਐਸਐਫ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ ਅਤੇ ਇਸ ਲਈ ਉੱਚ ਪੱਧਰੀ ਤਕਨੀਕ ਵੀ ਵਰਤੋਂ ਚੁਲਾਈ ਜਾਂਦੀ ਰਹੀ ਹੈ ਸਹਾਇਕ ਸਿਖਲਾਈ ਕੇਂਦਰ ਦੇ ਟ੍ਰੇਨਿੰਗ ਕਮਾਂਡੈਂਟ ਐਸਐਸ ਮੰਡ ਨੇ ਦੱਸਿਆ ਕਿ ਨਾ ਕਾਂਸਟੇਬਲਾਂ ਨੂੰ 24 ਹਫ਼ਤਿਆਂ ਦੀ ਹਥਿਆਰ ਚਲਾਉਣ ਸਰਹੱਦ ਤੇ ਚੌਕਸੀ ਰੱਖਣ ਅੰਦਰੂਨੀ ਚੌਕਸੀ ਮਨੋਵਿਗਿਆਨ ਅਪਰਾਧ ਵਿਗਿਆਨ ਡ੍ਰੈਲ ਸਿਵਲ ਕਾਨੂੰਨ ਕੁਦਰਤੀ ਆਪਦਾ ਫਰਸਟ ਏਡ ਅਤੇ ਮਨੁੱਖੀ ਅਧਿਕਾਰਾਂ ਸੰਬੰਧੀ ਸਖਤ ਸਿਖਲਾਈ ਦਿੱਤੀ ਗਈ ਹੈ ਮੁੱਖ ਮਹਿਮਾਨ ਵੱਲੋਂ ਇਸ ਦੌਰਾਨ ਵਕਫਖ ਇੰਡੋਰ ਅਤੇ ਆਊਟਡੋਰ ਵਿਸ਼ਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਵੇਂ ਕਾਂਸਟੇਬਲਾਂ ਨੂੰ ਮੈਡਲ ਤਕਸੀਮ ਕੀਤੇ ਗਏ ਪਰੇਡ ਤੋਂ ਬਾਅਦ ਰੰਗ ਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਥੇਰ ਨੇ ਭਾਰਤੀ ਹਾਕੀ ਟੀਮ ਦੇ ਉਪ ਕਪਤਾਨ ਪ੍ਰੀਤ ਸਿੰਘ ਨੂੰ ਕਮਾਂਤਰੀ ਹਾਕੀ ਫੈਡਰੇਸ਼ਨ ਐਫ ਆਈ ਐਚ ਵੱਲੋਂ ਸਾਲ 2021-22 ਲਈ ਵਿਸ਼ਵ ਦਾ ਸਰਵੋਤਮ ਹਾਕੀ ਖਿਡਾਰੀ ਚੁਣੇ ਜਾਣ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਖਿਡਾਰੀ ਨੂੰ ਲਗਾਤਾਰ ਦੂਜੇ ਸਾਲ ਵਿਸ਼ਵ ਦਾ ਬਿਹਤਰੀਨ ਖਿਡਾਰੀ ਚੁਣਿਆ ਗਿਆ ਹੈ ਭਾਰਤੀ ਹਾਕੀ ਟੀਮ ਦੇ ਡਿਫੈਂਡਰ ਤੇ ਮਾਹਿਰ ਡ੍ਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਲਗਾਤਾਰ ਦੂਜੇ ਸਾਲ ਐਫ ਆਈ ਐਚ ਪਲੇਅਰ ਆਫ ਦਾ ਈਅਰ ਚੁਣਿਆ ਗਿਆ ਹਰਮਨਪ੍ਰੀਤ ਨੇ ਪਿਛਲੇ ਸਾਲ ਟੋਕੀਓ 올림픽 ਖੇਡਾਂ ਵਿੱਚ 6 ਗੋਲ ਅਤੇ ਇਸ ਸਾਲ ਬਰਮਿੰਗਮ ਰਾਸ਼ਟਰੀ ਮੰਡਲ ਖੇਡਾਂ ਵਿੱਚ 9 ਗੋਲ ਕੀਤੇ ਸਨ ਜਿਸ ਕਾਰਨ ਕਿ 올림픽ਸ ਵਿੱਚ ਭਾਰਤ ਨੇ 41 ਸਾਲ ਬਾਅਦ ਕਾਂਸੀ ਦਾ ਤਮਗਾ ਜਿੱਤਿਆ ਸੀ ਖੇਡ ਮੰਤਰੀ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਦੀ ਇਸ ਮਾਨਮਤੀ ਪ੍ਰਾਪਤੀ ਨਾਲ ਦੇਸ਼ ਵਿੱਚ ਹਾਕੀ ਖਿਡਾਰੀਆਂ ਨੂੰ ਹੋਰ ਵੀ ਚੰਗਾ ਖੇਡਣ ਦੀ ਪ੍ਰੇਰਣਾ ਮਿਲੇਗੀ ਬੰਗਲਾਦੇਸ਼ ਦੇ ਸਿਲਹਟ ਵਿੱਚ ਚੱਲ ਰਹੇ ਮਹਿਲਾ ਕ੍ਰਿਕਟ T20 ਏਸ਼ੀਆ ਕੱਪ ਦੇ ਰਾਉਂਡ ਰੋਬਿਨ ਮੁਕਾਬਲੇ 'ਚ ਅੱਜ ਭਾਰਤ ਨੇ ਮੇਜ਼ਬਾਨ ਬੰਗਲਾਦੇਸ਼ ਦੀ ਟੀਮ ਨੂੰ 59 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ। ਭਾਰਤ ਵੱਲੋਂ ਬਣਾਈਆਂ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਟੀਮ ਨੇ ਮਿੱਥੇ ਵੀ ਓਵਰਾਂ ਵਿੱਚ 7 ਵਿਕਟਾਂ ਗਵਾ ਕੇ ਸਿਰਫ 100 ਦੌੜਾਂ ਬਣਾਈਆਂ। ਪਹਿਲਾ ਬੱਲੇਬਾਜ਼ੀ ਦਾ ਫੈਸਲਾ ਕਰਦੇ ਹੋਏ ਭਾਰਤ ਨੇ ਵੀ ਓਵਰਾਂ ਵਿੱਚ 5 ਵਿਕਟਾਂ ਗਵਾ ਕੇ 169 ਦੌੜਾਂ ਬਣਾਈਆਂ। ਓਪਨਰ ਖਿਡਾਰਨਾ ਸ਼ਫਾਲੀ ਵਰਮਾ ਤੇ ਸਮ੍ਰਿਤੀ ਮੰਧਾਨਾ ਨੇ ਵਧੀਆ ਖੇਡਦੇ ਹੋਏ 96 ਦੌੜਾਂ ਦੀ ਸਾਂਝੇਦਾਰੀ ਕੀਤੀ ਜਦਕਿ ਜਾਮੀਮਾ ਰੋਡਰਿਕਸ ਨੇ 35 ਦੌੜਾਂ ਦਾ ਯੋਗਦਾਨ ਪਾਇਆ ਹਰਮਨਪ੍ਰੀਤ ਕੌਰ ਨੂੰ ਅੱਜ ਆਰਾਮ ਕਰਵਾਇਆ ਗਿਆ ਇਸ ਲਈ ਸਮ੍ਰਿਤੀ ਮੰਧਾਨਾ ਟੀਮ ਦੀ ਕਪਤਾਨੀ ਕਰ ਰਹੀ ਸੀ ਇਸ ਟੂਰਨਾਮੈਂਟ ਦੇ ਇੱਕ ਹੋਰ ਮੁਕਾਬਲੇ ਵਿੱਚ ਸ਼੍ਰੀਲੰਕਾ ਦੀ ਮਹਿਲਾ ਟੀਮ ਨੇ ਮਲੇਸ਼ੀਆ ਦੀ ਟੀਮ ਨੂੰ 72 ਦੌੜਾਂ ਨਾਲ ਹਰਾਇਆ ਛੇਤੀਮਿਆ ਰਾਸ਼ਟਰੀ ਖੇਡਾਂ ਵਿੱਚ ਸੈਨਾ 42 ਸੋਨੇ ਦੇ 31 ਚਾਂਦੀ ਦੇ ਅਤੇ 27 ਕਾਂਸੀ ਦੇ ਸਮੇਤ ਸੌ ਤਮਗੇ ਜਿੱਤ ਕੇ ਮੈਡਲ ਟੈਬਲ ਵਿੱਚ ਸਭ ਤੋਂ ਉੱਪਰ ਹੈ ਹਰਿਆਣਾ 29 ਸੋਨੇ ਦੇ 23 ਚਾਂਦੀ ਅਤੇ 23 ਕਾਂਸੀ ਦੇ ਸਮੇਤ 75 ਮੈਡਲਾਂ ਨਾਲ ਦੂਜੇ ਸਥਾਨ ਤੇ ਹੈ ਤੇ ਮਹਾਰਾਸ਼ਟਰ 26 ਸੋਨੇ ਦੇ 27 ਚਾਂਦੀ ਦੇ ਅਤੇ 49 ਕਾਂਸੀ ਦੇ ਸਮੇਤ 102 ਤਮਗੇ ਲੈ ਕੇ ਤੀਜੇ ਸਥਾਨ ਤੇ ਹੈ ਮਰਦਾਂ ਦੀ ਹੋਕੀ ਵਿੱਚ ਅੱਜ ਹਰਿਆਣਾ ਤਾਮਿਲਨਾਡੂ ਨੂੰ ਸਿੰਸੇਫਰ ਨਾਲ ਹਰਾ ਕੇ ਉੱਤਰੀ ਪ੍ਰਦੇਸ਼ ਅਤੇ ਕਰਨਾਟਕ ਦੇ ਨਾਲ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ ਕੱਲ ਮਲਖੰਭ ਮੁਕਾਬਲੇ ਸ਼ੁਰੂ ਹੋਏ ਇਹ ਇਸਵਰੇ ਸ਼ਾਮਲ ਕੀਤੀਆਂ ਗਈਆਂ ਪੰਜ ਖੇਡਾਂ ਵਿੱਚੋਂ ਇੱਕ ਹੈ ਇਸ ਸਾਲ ਦੀ ਸ਼ੁਰੂਆਤ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਮੁਕਾਬਲੇ ਵਿੱਚ ਮਲਖੰਭ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਸੀ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕਾਂ ਰਹਿਣ ਨੂੰ DDK ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ اجازت ਦਿਓ ਨਮਸਕਾਰ